ਕੀ ਆ ਸ਼ਾਇਦ ਉਹ ਕੱਲ ਦੀ ਆ ਚੰਡੀਗੜ੍ਹ ਦੀ ਨਿਊਜ਼, ਜਿਹਦੇ ਵਿੱਚ ਇੱਕ ਕੁੜੀ ਨੇ ਮੁੰਡੇ ਨੂੰ ਗੱਡੀ ਦੇ ਵਿੱਚੋਂ ਉਤਰ ਕੇ ਗੱਡੀ ਦਾ ਮਾੜੀ ਜਿਹੀ ਲੱਗਣ ਦੇ ਚੱਕਰ ਦੇ ਵਿੱਚ ਤੇ ਮੁੰਡੇ ਨੂੰ ਰੋਡ ਦੇ ਨਾਲ ਕੁੱਟਿਆ ਉਸ ਕੁੜੀ ਨੇ। ਇਹਦੇ ਨਾਲ ਕੰਸਰਨ ਜਿਹੜੇ DSP ਆ ਉਹਨਾਂ ਦਾ ਕਹਿਣਾ ਹੈ ਕਿ ਕੁੜੀ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ। ਬਿਲਕੁਲ ਝੂਠੀ ਗੱਲ ਆ ਜੀ, ਇਹ ਨਸ਼ੇ ਵੀ ਸਪਲਾਈ ਕਰਦੀ ਹੈ ਇੱਧਰ ਉੱਧਰ, ਨਸ਼ੇ ਕਰਦੀ ਵੀ ਆ। ਇਹ ਆਪਦੀ ਨਵਜੰਮੀ ਬੱਚੀ ਨੂੰ ਉੱਥੇ ਸੈੱਟ ਕੇ ਭੱਜ ਚੱਲੀ ਸੀ ਤੇ ਜਿਹਦੇ ਕਰਕੇ ਜੇਲ੍ਹ ਵੀ ਰਹਿ ਕੇ ਆਈ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹੁਣੀ ਫੇਸਬੁੱਕ ਦੇ ਉੱਤੇ ਇੱਕ ਨਿਊਜ਼ ਦੇਖੀ ਆ, ਸ਼ਾਇਦ ਉਹ ਕੱਲ੍ਹ ਦੀ ਆ ਚੰਡੀਗੜ੍ਹ ਦੀ ਨਿਊਜ਼, ਜਿਹਦੇ ਵਿੱਚ ਇੱਕ ਕੁੜੀ ਨੇ ਮੁੰਡੇ ਨੂੰ ਗੱਡੀ ਦੇ ਵਿੱਚੋਂ ਉਤਰ ਕੇ ਗੱਡੀ ਦਾ ਮਾੜੀ ਜਿਹੀ ਲੱਗਣ ਦੇ ਚੱਕਰ ਦੇ ਵਿੱਚ ਤੇ ਮੁੰਡੇ ਨੂੰ ਰੋਡ ਦੇ ਨਾਲ ਕੁੱਟਿਆ ਉਸ ਕੁੜੀ ਨੇ। ਉਸ ਜਿਹੜੇ ਉਹ ਇਹਦੇ ਨਾਲ ਕੰਸਰਨ ਜਿਹੜੇ DSP ਆ ਉਹਨਾਂ ਦਾ ਕਹਿਣਾ ਹੈ ਕਿ ਕੁੜੀ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ। ਬਿਲਕੁਲ ਝੂਠੀ ਗੱਲ ਆ ਜੀ, ਇਸ ਕੁੜੀ ਦਾ ਇਸ ਕੁੜੀ ਦੀ ਆਦਤ ਆ ਬਹੁਤ ਲੋਕਾਂ ਨਾਲ ਪੰਗੇ ਲੈਣ ਦੀ, ਕਿਉਂਕਿ 46 sector ਇਹ ਮਿਲਦੀ ਹੁੰਦੀ ਸੀਗੀ, ਦੇਖਿਆ ਉੱਥੇ ਸੈਲੂਨ ਵੀ ਆਉਂਦੀ ਹੁੰਦੀ ਆ, 46 sector ਹੀ ਰਹਿੰਦੀ ਆ ਇਹ, ਤੇ ਇਹ 10 sector ਕਿਸੇ ਮਾਸੀ ਕੋਲ ਨਹੀਂ ਰਹਿੰਦੀ, ਇਹਨੂੰ ਇਹਦੇ ਘਰਦਿਆਂ ਨੇ ਕੱਢਿਆ ਹੋਇਆ ਹੈ। ਫਿਰੋਜ਼ਪੁਰ ਦੀ ਰਹਿਣ ਵਾਲੀ ਆ, ਇਹਦੇ ਫਾਦਰ ਸ਼ਾਇਦ ਪੁਲਿਸ 'ਚ ਹੁੰਦੇ ਸੀਗੇ ਤੇ ਉਹਨਾਂ ਨੇ ਘਰੋਂ ਕੱਢਤਾ ਸੀਗਾ, ਇਹਦੀਆਂ ਜੋ ਹਰਕਤਾਂ ਸੀਗੀਆਂ ਕੁੱਟਮਾਰ ਵਾਲੀਆਂ, ਇਹ ਨਸ਼ੇ ਵੀ ਜਿਹੜੇ ਇਹ ਵੈਰੀਫਾਈ ਕਰਨੇ ਚਾਹੀਦੇ ਪੁਲਿਸ ਨੂੰ, ਇਹ ਨਸ਼ੇ ਵੀ ਸਪਲਾਈ ਕਰਦੀ ਹੈ ਇੱਧਰ ਉੱਧਰ ਤੇ ਨਸ਼ੇ ਲੈਣ ਮਤਲਬ ਨਸ਼ੇ ਕਰਦੀ ਵੀ ਆ। ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਆ, ਸੈਕਟਰ 19 ਜਿਹੜਾ ਸੈਕਟਰ 19 ਦਾ ਬੱਚਿਆਂ ਦਾ ਤੇ ਲੇਡੀਜ਼ ਦਾ ਬਹੁਤ ਵੱਡਾ ਥਾਣਾ ਆ, ਉੱਥੇ ਇਹਦੇ ਖਿਲਾਫ FIR ਲੌਜ ਆ, ਕਿਉਂਕਿ ਇਹ ਆਪਦੀ ਨਵਜੰਮੀ ਬੱਚੀ ਨੂੰ ਉੱਥੇ ਸੈੱਟ ਕੇ ਭੱਜ ਚੱਲੀ ਸੀ ਤੇ ਜਿਹਦੇ ਕਰਕੇ ਜੇਲ੍ਹ ਵੀ ਰਹਿ ਕੇ ਆਈ ਆ। ਇਹ ਬਿਲਕੁਲ ਸੱਚੀਆਂ ਖਬਰਾਂ ਨੇ, ਇਹਦਾ ਨਾਮ ਸ਼ੀਤਲ ਆ, ਅਦਰਵਾਈਜ਼ ਮੈਨੂੰ ਲਾਈਵ ਹੋ ਕੇ ਕਿਸੇ ਕੁੜੀ ਦੇ ਖਿਲਾਫ ਬੋਲਣ ਦੀ ਲੋੜ ਨਹੀਂ ਸੀਗੀ, ਪਰ ਉਹਨੇ ਜੋ ਕੁਛ ਵੀ ਆ ਨਾ ਉਹਨੇ ਗਲਤ ਕੀਤਾ ਤੇ ਮੇਰਾ ਫਰਜ਼ ਬਣਦਾ ਆ ਕਿ ਮੈਨੂੰ ਬੋਲਣਾ ਚਾਹੀਦਾ ਆ। ਮੈਂ ਇਸ ਟਾਈਮ ਚੰਡੀਗੜ੍ਹ ਤੋਂ ਬਾਹਰ ਹਾਂ, ਜੇ ਉੱਥੇ ਹੁੰਦੀ ਤਾਂ ਮੈਂ ਜ਼ਰੂਰ ਇਸ ਟਾਈਮ ਥਾਣੇ ਪਹੁੰਚ ਕੇ ਉੱਥੇ ਜੋ ਵੀ ਕਾਰਵਾਈ ਬਣਦੀ ਆ ਤਾਂ ਜੋ ਵੀ ਸੱਚਾਈ ਸਾਨੂੰ ਪਤਾ ਤਾਂ ਅਸੀਂ ਜ਼ਰੂਰ ਉੱਥੇ ਮੈਂ ਦੱਸਦੀ, ਪਰ ਗੱਲ ਇਹ ਆ ਕਿ ਜੋ ਵੀ ਸੁਣਨ ਦੇ ਵਿੱਚ ਆਇਆ ਕਿ ਉੱਥੇ ਪੁਲਿਸ ਇਹ ਕਹਿ ਰਹੀ ਹੈ ਕਿ ਇਸ ਕੁੜੀ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ, ਇਹ ਬਿਲਕੁਲ ਝੂਠ ਆ ਜੀ। ਉਸ ਕੁੜੀ ਦਾ ਬੜਾ ਤਕੜਾ ਕ੍ਰਿਮੀਨਲ ਰਿਕਾਰਡ ਆ। ਸਿੱਧੀ ਜੀ ਗੱਲ ਆ, ਮਾਂ ਬਣਨਾ ਸਭ ਤੋਂ ਵੱਡਾ ਸੁੱਖ ਹੁੰਦਾ, ਚਾਹੇ ਜਿਵੇਂ ਮਰਜ਼ੀ ਉਹ ਆਪਣੇ ਬੱਚੇ ਨੂੰ ਇੱਕ ਮਾਂ ਸੁੱਟ ਕੇ ਚਲੀ ਜਾਵੇ, ਤੁਸੀਂ ਆਪ ਸੋਚ ਲਓ ਕਿੱਡਾ ਵੱਡਾ ਪਾਪ ਆ। ਇਹ ਆਪਣੀ ਜਿਹੜੀ ਆ ਨਵੀਂ ਜੰਮੀ ਬੱਚੀ ਨੂੰ ਉੱਥੇ ਸਿੱਟ ਕੇ ਚਲੀ ਗਈ ਸੀਗੀ, ਜਿਹਦੇ ਕਰਕੇ ਇਸ ਕੁੜੀ ਨੂੰ ਬਾਅਦ ਵਿੱਚ ਜੇਲ੍ਹ 'ਚ ਵੀ ਉਹ ਰਹੀ ਆ, ਅਤੇ 19 sector ਦੇ ਵਿੱਚ ਇਹਦੇ ਅਗੇਂਸਟ ਜੋ ਵੀ ਉਹ ਲੌਜ ਸੀਗੀ FIR, ਅਤੇ ਉਹ ਬੱਚਾ ਹੁਣ ਵੀ ਚੰਡੀਗੜ੍ਹ ਜਿਹੜੀ ਗੌਰਮੈਂਟ ਆ ਪ੍ਰਸ਼ਾਸਨ ਆ ਉਹ ਸੰਭਾਲਦਾ। 2-3 ਸਾਲ ਪਹਿਲਾਂ ਦੀ ਮੈਂ ਇਸ ਕੁੜੀ ਨੂੰ ਪਿਛਲੇ 7-8 ਸਾਲ ਤੋਂ ਜਾਣਦੀ ਹਾਂ, ਇੱਦਾਂ ਨਹੀਂ ਜਾਣਦੀ ਕਿ ਮੇਰੀ ਫਰੈਂਡ ਆ, ਨਹੀਂ ਮੈਂ ਮਤਲਬ ਇਹਨੂੰ ਉੱਦਾਂ ਜਾਣਦੀ ਹਾਂ ਵੀ ਹਾਂ, ਕਿਉਂਕਿ ਇਹਦੀ ਲੜਾਈ ਝਗੜੇ ਵਾਲੇ ਕਾਰਨਾਮੇ ਦੇਖਦੇ ਰਹਿੰਦੇ ਹੁੰਦੇ ਸੀਗੇ ਅਕਸਰ। ਇਹ 46 sector ਦੀ ਜਿਹੜੀ sector 46 ਦੀ ਜਿਹੜੀ ਮਾਰਕੀਟ ਆ ਉਹਦੇ ਵਿੱਚ ਇਹਦੇ ਕਿਸੇ ਨਾ ਕਿਸੇ ਨਾਲ ਲੜਾਈ ਝਗੜਾ ਹੁੰਦਾ ਰਹਿੰਦਾ ਸੀਗਾ, ਜਿਹੜਾ ਕਿ ਪਤਾ ਆ। ਸੋ ਮੇਰੀ ਇਹੀ ਅਪੀਲ ਆ ਕਿ ਆਪਾਂ ਇਹਦੇ ਇਹੋ ਜਿਹੀਆਂ ਕੁੜੀਆਂ ਨੂੰ
ਜਿਹੜੀਆਂ ਇਹੋ ਜਿਹੇ ਕੰਮ ਕਰਦੀਆਂ, ਇੱਕ ਤਾਂ ਕੁੜੀਆਂ ਦਾ ਨਾਮ ਬਦਨਾਮ ਕਰਦੀਆਂ, ਦੂਜਾ ਸਮਾਜ ਲਈ ਵੀ ਖਤਰਾ ਆ। ਠੀਕ ਹੈ, ਇਹੋ ਜਿਹੀਆਂ ਨੂੰ ਨਾ ਤਾਂ ਬੇਲ ਮਿਲਣੀ ਚਾਹੀਦੀ ਅਤੇ ਇਹਦੇ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ। ਜਿਸ ਹਿਸਾਬ ਨਾਲ ਉਹਨੇ ਮੁੰਡੇ ਨੂੰ ਰੋਡ ਨਾਲ ਕੁੱਟਿਆ, ਠੀਕ ਆ, ਮੁੰਡੇ ਦੀ ਜਾਨ ਵੀ ਜਾ ਸਕਦੀ ਸੀਗੀ। ਇੱਦਾਂ ਤਾਂ ਫਿਰ ਇਹੋ ਜਿਹੀਆਂ ਕਰਕੇ ਤਾਂ ਕੋਈ ਵੀ ਆਪਣੀ ਫੈਮਿਲੀ ਨਾਲ ਬਾਹਰ ਨਿਕਲਣ ਜੋਗਾ ਨੀਗਾ, ਕੀ ਪਤਾ ਕਦੋਂ ਕਿਹਦੇ ਨਾਲ ਪੰਗਾ ਲੈ ਕੇ ਇਹਨੇ ਉਹਨੂੰ ਮਾਰਨ ਤੁਰ ਪੈਣਾ। ਠੀਕ ਹੈ ਜੀ, ਜੋ ਵੀ ਮੈਨੂੰ ਨਹੀਂ ਪਤਾ ਵੀ ਇਹਦੇ ਬਾਰੇ ਕੀ ਦੱਸਿਆ ਜਾ ਰਿਹਾ ਕੀ ਨਹੀਂ ਦੱਸਿਆ ਜਾ ਰਿਹਾ, ਪਰ ਜੋ ਰਿਐਲਿਟੀ ਆ, ਜੋ ਨਾਮ ਹੈ, ਇਹਦਾ ਨਾਮ ਇਹਦਾ ਸ਼ੀਤਲ ਆ। ਅਤੇ ਗੱਲ ਮੈਂ ਸਾਰੀ ਦੱਸ ਹੀ ਚੁੱਕੀ ਹਾਂ, ਬਾਰ ਬਾਰ ਉਹਨਾਂ ਗੱਲਾਂ ਨੂੰ ਰਿਪੀਟ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਹੈਗਾ ਗੱਲ। ਅਤੇ ਆਪਾਂ ਨੂੰ ਉਸ ਮੁੰਡੇ ਦਾ ਜਿਹਦੇ ਨਾਲ ਉਹਨੇ ਇੱਦਾਂ ਕੀਤਾ, ਆਪਾਂ ਨੂੰ ਸਾਰਿਆਂ ਨੂੰ ਉਸ ਚੀਜ਼ ਦਾ ਸਾਥ ਦੇਣਾ ਚਾਹੀਦਾ। ਮੈਂ ਸੁਣਿਆ ਕਿ ਕੁੜੀ ਗ੍ਰਿਫਤਾਰ ਹੋ ਚੁੱਕੀ ਆ, ਅਤੇ ਉਹਦਾ ਪੁਰਾਣਾ ਕ੍ਰਿਮੀਨਲ ਰਿਕਾਰਡ ਵੀ ਇਹਨਾਂ ਨੂੰ ਚੈੱਕ ਕਰਨਾ ਚਾਹੀਦਾ। ਸੈਕਟਰ 19 ਦਾ ਜਿਹੜਾ ਪੁਲਿਸ ਸਟੇਸ਼ਨ ਆ, ਉੱਥੋਂ ਇਹਨਾਂ ਨੂੰ ਉਸ ਕੁੜੀ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਆ ਉਹ ਮਿਲ ਜੂਗਾ। ਮੈਂ ਵੀ ਕੱਲ੍ਹ ਚੰਡੀਗੜ੍ਹ ਪਹੁੰਚ ਜੂੰਗੀ, ਸੋ ਉੱਥੇ ਜਾ ਕੇ ਮੁੰਡੇ ਦੀ ਫੈਮਿਲੀ ਨੂੰ ਜਿੰਨਾ ਸਪੋਰਟ ਕਰ ਸਕਦੇ ਹਾਂ 100% ਉਹਨੂੰ ਸਪੋਰਟ ਕਰਾਂਗੇ। ਅਸੀਂ ਨਹੀਂ ਚਾਹੁੰਦੇ ਹੈਗੇ ਕਿ ਇਹੋ ਜਿਹੀਆਂ ਕੁੜੀਆਂ ਨੂੰ, ਗੱਲ ਕੁੜੀ ਦੀ ਨਹੀਂ, ਇਹੋ ਜਿਹੇ ਕ੍ਰਿਮੀਨਲ ਨੂੰ ਕਿਸੇ ਵੀ ਤਰ੍ਹਾਂ ਦੀ ਮਤਲਬ ਰਿਆਇਤ ਦਿੱਤੀ ਜਾਵੇ ਅਤੇ ਉਹਨੂੰ ਲੋਕਅਪ 'ਚੋਂ ਕੱਢਿਆ ਜਾਵੇ। ਪਹਿਲਾਂ ਵੀ ਉਹ ਜੇਲ੍ਹ 'ਚੋਂ ਬਾਹਰ ਆ ਚੁੱਕੀ ਆ, ਸੋ ਹੁਣ ਉਹਨੂੰ ਬਖਸ਼ਣਾ ਬਣਦਾ ਨਹੀਂਗਾ। ਸੋ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਉਹਦੇ ਖਿਲਾਫ਼ ਸਖ਼ਤ ਕਾਰਵਾਈ ਲਈ ਜ਼ੋਰ ਪਾਉਣਾ ਚਾਹੀਦਾ ਆ। ਅਤੇ ਜੇ ਕੁਛ ਗਲਤ ਬੋਲਤਾ ਹੋਵੇ ਜੀ, ਯੈਸ, ਸਟ੍ਰਿਕਟ ਐਕਸ਼ਨ ਸ਼ੁੱਡ ਬੀ ਟੇਕਨ, ਚਾਹੇ ਉਹ ਕੁੜੀ ਆ ਚਾਹੇ ਮੁੰਡਾ ਆ, ਜਿਹਨੇ ਜੋ ਗਲਤ ਕੀਤਾ ਆ, ਕ੍ਰਿਮੀਨਲ ਆ, ਉਹਦੇ ਖਿਲਾਫ਼ ਐਕਸ਼ਨ ਲੈਣੇ ਬਣਦੇ ਆ। ਓਕੇ ਜੀ, ਸਤਿ ਸ਼੍ਰੀ ਅਕਾਲ, ਬਾਕੀ ਜੋ ਉਹ ਹੈ ਆਪਾਂ ਕੱਲ੍ਹ ਗੱਲ ਕਰਾਂਗੇ। ਠੀਕ ਹੈ ਜੀ, ਇਹ ਅਤੇ ਜਿਹੜੇ ਵੀ ਜਾਣਦੇ ਆ ਜਾਂ ਉਸ ਮੁੰਡੇ ਨੂੰ ਜਾਣਦੇ ਆ ਜਾਂ ਜੇ ਕਿਸੇ ਨੂੰ ਉੱਥੇ ਦਾ ਪਤਾ ਆ, ਉੱਥੇ ਇਹਦੀ ਇਹ ਰਿਕਾਰਡ ਆ ਜੋ ਉਹ ਮੈਸੇਜ ਮਤਲਬ ਵੀ ਉਹ ਸੈਕਟਰ 19 ਦੇ ਵਿੱਚ ਇਹਦੇ ਖਿਲਾਫ਼ ਜੋ ਕੇਸ ਸੀਗਾ ਉਸ ਚੀਜ਼ ਦਾ ਕੱਢਿਆ ਜਾਵੇ। 46 ਰਹਿੰਦੀ ਸੀਗੀ ਪਹਿਲਾਂ, PG 'ਚ ਰਹਿੰਦੀ ਹੁੰਦੀ ਸੀਗੀ, ਫਿਰ ਸੈਕਟਰ 40 ਰਹਿੰਦੀ ਰਹੀ ਆ, ਅਤੇ ਇਹ ਆਪਣੀ ਭੂਆ ਕੋਲ ਰਹਿੰਦੀ ਆ, ਕਿਸੇ ਮਾਸੀ ਕੋਲ ਨਹੀਂ ਰਹਿੰਦੀ ਹੈਗੀ। ਇਹਦੇ ਪੇਰੈਂਟਸ ਨੇ ਇਹਨੂੰ ਘਰੋਂ ਕੱਢਿਆ ਹੋਇਆ ਆ। ਇਹ ਜੋ ਮੈਂ ਇਹਦੇ ਫਰੈਂਡ ਸਰਕਲ ਤੋਂ ਸੁਣਿਆ ਨੇ ਉਹ ਖ਼ਬਰਾਂ ਨੇ, ਕਿਉਂਕਿ ਇਹਦੇ ਫਰੈਂਡ ਸਰਕਲ ਮੇਰੇ ਵੀ ਹੈਗੇ ਆ ਜਿਹੜੇ ਆ ਕਿ ਉਹ ਨੋਨ ਨੇ, ਉਹਨਾਂ ਤੋਂ ਮੈਨੂੰ ਇਹ ਜੋ ਵੀ ਇਨਫੋਰਮੇਸ਼ਨ ਮਿਲੀ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਜ਼ਰੂਰੀ ਸਮਝੀ। ਇਸ ਲਈ ਮੈਂ ਮਤਲਬ ਰਾਹ ਦੇ ਵਿੱਚ ਆਉਂਦੇ ਹੋਏ ਇਹ ਤੁਹਾਡੇ ਨਾਲ ਸਾਂਝੀ ਕੀਤੀ ਆ। ਠੀਕ ਹੈ ਜੀ, ਓਕੇ, ਬਾਏ ਬਾਏ, ਸਤਿ ਸ਼੍ਰੀ ਅਕਾਲ।